ਯਾਰ ਅਪ੍ਰੈਲ ਨੂੰ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਅੱਜ ਆਪਣੇ ਆਖਰੀ ਤੇ 7ਵੇਂ ਗੇੜ ਤਹਿਤ ਸੰਪੰਨ ਹੋ ਗਈਆਂ ਅੱਜ ਪੰਜਾਬ ਦੀਆਂ 13 ਦੀ 13 ਸੀਟਾਂ ਤੇ VOTING ਹੋਈ ਜਿਸ ਤੇ ਕਈ ਦਿੱਗਜ ਸਿਆਸਤਦਾਨਾਂ ਦੀ ਕਿਸਮਤ EVM ਵਿੱਚ ਕੈਦ ਹੋ ਗਈ ਹੈ ਆਓ ਜਾਣਦੇ ਹਾਂ ਕਿ ਕਿਵੇਂ ਦਾ ਸਾਰਾ ਦਿਨ ਦਾ ਰੋਜ਼ਾਨ ਰਿਹਾ ਕਿੰਨੇ ਪਰਸੈਂਟ VOTING ਹੋਈ ਤੇ ਹੁਣ ਕੀ ਸਿਆਸੀ ਸਮੀਕਰਨ ਹੋਵੇਗਾ ਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ ਜੋ ਬਹੁਤ ਹੀ ਦਿਲਚਸਪ ਨਜ਼ਰ ਹੋਣਗੇ ਆਓ ਵੇਖਦੇ ਹਾਂ ਬਲਜੀਤ ਬਲੀ ਦੇ ਇਕੱਤਰ ਚੀ ਨਜ਼ਰ ਪੰਜਾਬ ਦੇ ਵਿੱਚ 13 ਸੀਟਾਂ ਲਈ ਲੋਕ ਸਭਾ ਚੋਣਾਂ ਲਗਭਗ ਖਤਮ ਹੋ ਗਿਆ ਨੇ 19 ਮਈ ਨੂੰ ਜਿਸ ਵੇਲੇ 7 ਵਜੇ ਦੇ ਕਰੀਬ ਮੈਂ ਇਹ ਰਿਕਾਰਡਿੰਗ ਕਰ ਰਹੇ ਹਾਂ ਅਸੀਂ ਕਮੈਂਟਰੀ ਕਰ ਰਹੇ ਆ ਉਸ ਵੇਲੇ ਤੱਕ 6 ਵਜੇ ਤੱਕ ਦੀ ਜੋ ਪੋਲਿੰਗ ਹੋਈ ਉਸ ਦੇ ਪਰਸੈਂਟੇਜ ਜਿਹੜੀ ਹੈ ਕਿੰਨੇ ਪਰਸੈਂਟ ਪੋਲਿੰਗ ਹੋਈ ਕਿਸ ਹਲਕੇ ਚ ਇਹ ਸਾਨੂੰ ਮਿਲ ਚੁੱਕੇ ਨੇ ਅੰਕੜੇ ਪਰ ਇਹ ਅੰਕੜੇ 6 ਵਜੇ ਤੱਕ ਦੇ ਨੇ ਉਸ ਤੋਂ ਬਾਅਦ 6 ਵਜੇ ਤੱਕ ਜਿਹੜੇ ਲੋਕ ਲਾਈਨ ਚ ਲੱਗ ਜਾਂਦੇ ਨੇ ਕਿਉਂਕਿ ਸਮਾਂ 7 ਵਜੇ ਸਵੇਰ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਹੁੰਦਾ ਜਿਹੜੇ ਲਾਈਨ ਚ ਲੱਗ ਜਾਂਦੇ ਨੇ ਲੋਕ ਆ ਕੇ 6 ਵਜੇ ਤੱਕ ਉਹਨਾਂ ਦੀਆਂ ਫਿਰ ਵੋਟਾਂ ਪੁਗਤਾਈਆਂ ਜਾਂਦੀਆਂ ਨੇ ਗੇਟ ਬੰਦ ਕਰਤੇ ਜਾਂਦੇ ਨੇ ਸੋ ਇਸ ਤੋਂ ਬਾਅਦ ਜਿਹੜੇ ਪੋਲਿੰਗ ਪਰਸੈਂਟੇਜ ਆਏਗੀ ਐਡ ਹੋਏਗੀ ਉਹ ਅਲੱਗ ਹੋਏਗੀ ਪਰ 6 ਵਜੇ ਤੱਕ ਦੀ ਜੋ ਰਿਕਾਰਡ ਹੋਈ ਹੈ ਪੋਲਿੰਗ ਉਸ ਤੋਂ ਇਹ ਅੰਦਾਜ਼ਾ ਇਹ ਲੱਗਦਾ ਹੈ ਕਿ ਇਸ ਵਾਰ ਪਿਛਲੇ 2014 ਦੀ ਜੋ ਪੋਲ ਪਰਸੈਂਟੇਜ ਸੀ 70% ਸੀ ਇਸ ਵਾਰ ਉਸ ਤੋਂ ਘੱਟ ਪੋਲਿੰਗ ਨਜ਼ਰ ਆ ਰਹੀ ਹੈ 6 ਵਜੇ ਤੱਕ ਦੀ ਜੋ ਜੋ ਪੋਲਿੰਗ ਹੈ ਉਸ ਤੋਂ ਔਸਤਨ ਜਿਹੜੀ ਹੈ ਉਹ 60% ਦੀ ਪੋਲਿੰਗ ਦੇ ਕਰੀਬ ਬੰਦੀ ਹੈ ਕਿ 60% ਦੀ ਵੋਟਾਂ ਪਈਆਂ 6 ਵਜੇ ਤੱਕ ਜੇ ਸਾਰੀ ਐਵਰੇਜ ਦੇਖ ਲਈਏ ਮਿਲਾ ਲਈਏ ਕੁਝ ਹਲਕੇਆਂ ਜ਼ਿਆਦਾ ਵੀ ਪਈਆਂ ਕੁਝ ਘੱਟ ਵੀ ਪਈਆਂ ਪਰ ਕਿਸੇ ਵੀ ਹਲਕੇ ਦੇ ਵਿੱਚ ਜਿਹੜੀ ਆ ਉਹ 65% ਤੋਂ ਵੱਧ ਨਹੀਂ ਹੈਗੀ 65 ਤੋਂ ਥੱਲੇ ਥੱਲੇ ਸਾਰੇ ਹੈਗੀ ਹੈ ਸੋ ਇਹ ਇੱਕ ਰੁਝਾਨ ਜਿਹੜਾ ਇਹ ਦੇ ਮਤਲਬ ਕੀ ਨੇ ਅਰਥ ਕੀ ਨੇ ਉਹ ਬਾਅਦ ਵਿੱਚ ਗੱਲ ਕਰਾਂਗੇ ਪਰ ਪਹਿਲਾਂ ਦੇਖ ਲਈਏ ਕਿ ਕਿ ਕਿਹੜੇ 6 ਵਜੇ ਤੱਕ ਜਿਹੜੇ ਕਿਹੜੇ ਹਲਕੇ ਦੇ ਵਿੱਚ ਕਿਹੜੇ ਲੋਕ ਸਭਾ ਹਲਕੇ ਦੇ ਵਿੱਚ ਕਿੰਨੀ ਪਰਸੈਂਟ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਗੁਰਦਾਸਪੁਰ ਕਾਟ ਪੁਆਇੰਟ 13 ਫੀਸਦੀ ਅਮਰਸਰ ਦੇ ਵਿੱਚ 52.47 ਫੀਸਦੀ ਖਡੂਰ ਸਾਹਿਬ ਦੇ ਵਿੱਚ 56.77 ਫੀਸਦੀ ਜਲੰਧਰ 58.13 ਹੁਸ਼ਿਆਰਪੁਰ 57.47 ਅਨੰਦਪੁਰ ਸਾਹਿਬ 55.76 ਲੁਧਿਆਣਾ 57.69 ਫਤਿਹਗੜ ਸਾਹਿਬ 52.21 ਫਰੀ ਕੋਟ 57.39 ਫਿਰੋਜ਼ਪੁਰ 63.11 ਬਠਿੰਡਾ 62.24 ਸੰਗਰੂਰ 63 ਤੇ ਪਟਿਆਲਾ 64.64.18 ਮਲਚੌਰ 0.18 ਸੋ ਇਹ ਤੋਂ ਨਜ਼ਰ ਇਸ ਤੋਂ ਹਿਸਾਬ ਲੱਗਦਾ ਕਿ ਪੋਲਿੰਗ ਜਿਹੜੀ ਹੈ ਉਹ ਸ਼ਹਿਰੀ ਤੇ ਪਿੰਡੂ ਦੋਵਾਂ ਹਲਕਿਆਂ ਚ ਜਿਹੜੇ ਆ ਉਹ ਘਟ ਹੋਈ ਹੈ ਪਟਿਆਲੇ ਦੇ ਵਿੱਚ ਬਠਿੰਡਾ ਪਟਿਆਲਾ ਤੇ ਸੰਗਰੂਰ ਦੇ ਵਿੱਚ ਜ਼ਿਆਦਾ ਕੰਪੈਰੀਟਿਵਲੀ ਹੈਗੀ ਗੁਰਦਾਸਪੁਰ ਚ ਵੀ ਥੋੜੀ ਜਿਆਦਾ ਪਰ ਬਾਕੀ ਜਿਹੜੇ ਐ ਹਲਕਿਆਂ ਦੇ ਵਿੱਚ ਉਹ ਘੱਟ ਪੋਲਿੰਗ ਹੋਈ ਤੇ ਪਿਛਲੇ ਵਾਰੀ ਦਾ ਜਿਹੜਾ 70 ਫੀਸਦੀ ਦਾ ਜਿਹੜਾ ਪਿਛਲਾ ਅ ਅੰਕੜਾ ਸੀ ਉਹਨੂੰ ਤਾਂ ਲੱਗਦਾ ਨਹੀਂ ਇਹ ਕਿ ਪਹੁੰਚਦੇ ਪਹੁੰਚੇ ਇਹ ਜਿੰਨੀ ਕਿ 6 ਵਜੇ ਤੋਂ ਬਾਅਦ ਜਿੰਨੀ ਹੋਰ ਪੋਲਿੰਗ ਹੋਏਗੀ ਉਹਦੇ ਨਾਲ ਅੰਦਾਜ਼ਾ ਇਹ ਹੈਗਾ ਕਿ ਵੱਧ ਤੋਂ ਵੱਧ ਜਿਹੜੀ ਹੱਦ 65% ਹੋ ਸਕਦੀ ਹੈ ਇਸ ਤੋਂ ਵੱਧ ਜੀ ਪਰ 65 ਤੋਂ ਥੱਲੇ ਥੱਲੇ ਰਹਿਣ ਦੀ ਸੰਭਾਵਨਾ ਕਿਉਂਕਿ ਬਾਕੀਆਂ ਤਾਂ ਅਜੇ ਤੱਕ 60ਵੀਂ ਨਹੀਂ ਹੋਈ ਬਹੁਤ ਸਾਰੇ ਹਲਕਿਆਂ ਦੇ ਵਿੱਚ ਸੋ ਇਹ ਇੱਕ ਬੜਾ ਵਿਚਾਰਨ ਜੋ ਮੁੱਦਾ ਹੈਗਾ ਕਿ ਇਸ ਵਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪੋਲਿੰਗ ਕਿਉਂ ਘੱਟ ਹੋਈ ਹੈ ਵੈਸੇ ਆਲ ਇੰਡੀਆ ਪੱਧਰ ਤੇ ਵੀ ਇਸ ਤਰ੍ਹਾਂ ਦੇ ਰੁਝਾਨ ਨਜ਼ਰ ਪਏ ਨੇ ਪਰ ਪੰਜਾਬ ਦਾ ਸਾਡਾ ਆਮ ਤੌਰ ਤੇ ਪੋਲਿੰਗ ਜ਼ਿਆਦਾ ਹੁੰਦੀ ਹੈ ਸਾਰੀਆਂ ਚੋਣਾਂ ਦੇ ਵਿੱਚ ਤੇ ਇਹਦਾ ਕਿਹੜੇ ਹਲਕੇ ਤੇ ਕਿਸ ਦੇ ਹੱਕ ਚ ਜਾਏਗੀ ਇਹ ਘੱਟ ਪੋਲਿੰਗ ਜਾਂ ਜੇ ਕਿਸੇ ਚ ਜ਼ਿਆਦਾ ਹੁੰਦੀ ਤਾਂ ਕਿਸ ਦੇ ਹੱਕ ਜਾਏਗੀ ਇਕ ਲੈ ਕੇ ਲੈ ਹਲਕੇ ਦਾ ਅਸੀਂ ਦੇਖ ਸਕਦੇ ਆ ਪਰ ਆਮ ਤੌਰ ਤੇ ਇਹ ਨਤੀਜਾ ਅਸੀਂ ਕੱਢਿਆ ਜਾ ਸਕਦਾ ਹੈ ਕਿ ਇਹਦਾ ਮਤਲਬ ਲੋਕਾਂ ਦੀ ਜਿਹੜੀ ਹੈ ਉਹ ਰੁਚੀ ਵੋਟਾਂ ਦੇ ਵਿੱਚ ਲੋਕ ਪੋਲਿੰਗ ਦੇ ਵਿੱਚ ਪਾਰਟੀਆਂ ਦੇ ਵਿੱਚ ਜਾਂ ਇਸ ਜਿਹੜਾ ਵੋਟ ਸਿਸਟਮ ਹੈ ਇਹਦੇ ਵਿੱਚ ਲੋਕਾਂ ਦੀ ਰੁਚੀ ਘਟ ਲਈ ਇਹਦੇ ਕਈ ਕਾਰਨ ਹੋ ਸਕਦੇ ਨੇ ਇਹ ਵੀ ਹੋ ਸਕਦਾ ਹੈ ਕਿ ਲੋਕਾਂ ਨੂੰ ਇਹ ਲੱਗੇ ਕਿ ਪਾਰਟੀਆਂ ਤੋਂ ਸੰਤੁਸ਼ਟੀ ਨਹੀਂ ਹੈ ਕੋਈ ਫਰਕ ਨਹੀਂ ਪੈਣਾ ਸਾਡੀ ਵੋਟ ਨਾਲ ਹਾਲਾਂਕਿ ਬਹੁਤ ਜ਼ੋਰ ਲਗਾਇਆ ਗਿਆ ਕਿ ਵੋਟ ਜ਼ਰੂਰ ਕਰੋ ਆਪਣੀ ਬਹੁਤ ਪ੍ਰਚਾਰ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਨੇ ਕੀਤਾ ਸਰਕਾਰਾਂ ਨੇ ਕੀਤਾ ਮੀਡੀਆ ਨੇ ਕੀਤਾ ਸਭ ਨੇ ਕੀਤਾ ਕਿ ਆਪਣੀ ਵੋਟ ਦਾ ਜ਼ਰੂਰ ਵਰਤੋ ਕਰੋ ਪਰ ਫਿਰ ਵੀ ਜੇ ਪਰਸੈਂਟੇਜ ਨਹੀਂ ਇਕੱਠ ਹੈਗੀ ਤਾਂ ਇਸ ਦਾ ਮਤਲਬ ਇਹ ਹੈ ਕਿ ਲੋਕ ਕਿਤੇ ਨਾ ਕਿਤੇ ਇਸ ਗੱਲ ਤੋਂ ਉਤਸ਼ਾਹਤ ਨਹੀਂ ਹੈਗੇ ਕਿ ਜੇ ਅਸੀਂ ਵੋਟ ਪਾ ਰਹੇ ਹਾਂ ਤੇ ਉਹਦਾ मीनिंग ਕੀ ਹੋਏਗਾ ਅਸੀਂ ਤਬਦੀਲੀ ਕਰਨੀ ਹੈ ਜਾਂ ਕੋਈ ਨਵੀਂ ਜੇ ਲੋਕਾਂ ਨੂੰ ਹੋ ਸਕਦਾ ਇਹ ਹੀ ਲੱਗਦਾ ਹੋਵੇ ਕਿ ਸਾਡੀ ਵੋਟਰਾਂ ਕੀ ਫਰਕ ਪੈਂਦਾ ਸਿਸਟਮ ਤਾਂ ਉਹੀ ਰਹਿਣਾ ਸਰਕਾਰ ਤਾਂ ਉਹੀ ਰਹਿਣੀ ਹੈ ਇਹ ਵੀ ਹੋ ਸਕਦਾ ਹੈ ਤੇ ਕਈ ਕਾਰਨ ਇਹਦੇ ਹੋ ਸਕਦੇ ਨੇ ਪਰ ਇਹ ਹੈ ਟ੍ਰੈਂਡ ਬੜਾ ਇਹ ਕਹ ਲਓ ਕਿ 네ਗੇਟਿਵ ਟ੍ਰੈਂਡ ਹੈ ਨਾ ਪੱਕੀ ਟ੍ਰੈਂਡ ਹੈ ਹਾਂ ਜੇ ਉਹ ਲੋਕ ਪੋਲਿੰਗ ਬੂਥਾਂ ਤੱਕ ਨਹੀਂ ਆਉਂਦੇ ਪੂਰੇ ਪੈਰਲੋ ਵੀ ਘਟ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਹੈਗਾ ਕਿ ਸਾਡੇ ਸਿਸਟਮ ਦੇ ਵਿੱਚ ਇਲੈਕਟਰੋਨਲ ਜਿਹੜਾ ਸਿਸਟਮ ਹੈ ਉਹਦੇ ਵਿੱਚ ਵੀ ਕਿਤੇ ਗੜਵਾ ਸਾਡੀਆਂ ਸਰਕਾਰਾਂ ਦੇ ਜਿਹੜੀਆਂ ਪਾਰਟੀਆਂ ਤੇ ਸਾਡੇ ਜਿਹੜੇ ਨੁਮਾਇੰਦੇ ਨੇ ਉਹ ਉਹਨਾਂ ਬਾਰੇ ਜਿਹੜਾ ਉਹ ਸੋਚਣ ਦੀ ਗੱਲ ਹੈ ਇਹ ਇਹ ਇਸ ਦਾ ਗੱਲੀ ਗੱਲੀ ਸੀਟ ਦਾ ਜਿਹੜਾ ਇਹ ਆਮ ਤੌਰ ਤੇ ਪਹਿਲਾਂ ਮਿਥਿਆ ਜਾਂਦਾ ਸੀ ਪਹਿਲਾਂ ਲਿਆ ਜਾਂਦਾ ਸੀ ਇਹ ਕਿ ਜਿੱਥੇ ਜ਼ਿਆਦਾ ਹੈਵੀ ਪੋਲਿੰਗ ਹੋਏ ਉੱਥੇ ਐਂਟੀ ਇਨਕੰਮੈਂਸੀ ਜ਼ਿਆਦਾ ਹੋਏਗੀ ਤੇ ਇਸਟੈਬਲਿਸ਼ਮੈਂਟ ਜਿਹੜੀ ਹੈ ਪ੍ਰੈਜੈਂਟ ਸੈਟਅਪ ਹੈ ਜਿਹੜਾ ਪ੍ਰੈਜੈਂਟ ਨੁਮਾਇੰਦਾ ਹੈ ਜਾਂ ਪ੍ਰੈਜੈਂਟ ਸਰਕਾਰ ਹੈ ਪ੍ਰੈਜੈਂਟ ਪਾਰਟੀ ਹੈ ਰੂਲਿੰਗ ਉਹਦੇ ਖਿਲਾਫ ਜਿਹੜੀ ਹੈ ਇਹ ਭੂਕਤ ਦੀ ਹੈ ਆਮ ਤੌਰ ਤੇ ਪਹਿਲਾਂ ਇਹ ਕਿ ਲਿਆ ਜਾਂਦਾ ਸੀ ਕਿ ਜੇ ਜ਼ਿਆਦਾ ਪੋਲਿੰਗ ਹੋਈ ਜਿੱਥੇ ਉਹਦਾ ਮਤਲਬ ਹੈ ਕਿ ਸਥਾਪਤੀ ਦੇ ਖਿਲਾਫ ਹੋਏਗੀ ਉਹ ਤੇ ਤਬਦੀਲੀ ਹੋਏਗੀ ਪਰ ਪਿਛਲੇ ਕਈ ਚੋਣਾਂ ਇਹੋ ਜੀਆਂ ਲੰਗੀਆਂ ਨੇ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਹਲਕਿਆਂ ਦੀ ਜਿੱਥੇ ਹੈਵੀ ਪੋਲਿੰਗ ਹੋਈ ਜ਼ਿਆਦਾ ਪੋਲਿੰਗ ਹੋਈ ਫੇਰ ਵੀ ਜਿਹੜੇ ਰਿਪੀਟ ਹੋਈਆਂ ਸਰਕਾਰਾਂ ਰਿਪੀਟ ਹੋਏ ਜਿਹੜੇ ਜਿਹੜੇ ਨਮਾਇंदे ਉਹ ਰਿਪੀਟ ਹੋਏ ਉਹ ਨਾ ਹਨਕਿਆਂ ਜੀ ਸੋ ਇਸ ਕਰਕੇ ਇਹ ਹਿਸਾਬ ਲਾਉਣਾ ਤਾਂ ਜਨਰਲਾਈਜ਼ ਕਰਨਾ ਹੈ ਇਸ ਨੂੰ ਬੜਾ ਔਖਾ ਹੈ ਪਰ ਕੁਝ ਥਾਵਾਂ ਤੇ ਜ਼ਰੂਰ ਨਜ਼ਰ ਆਉਂਦਾ ਕਿ ਜਿੱਥੇ ਪੋਲਿੰਗ ਜ਼ਿਆਦਾ ਹੋਈ ਹੈ ਤਾਂ ਉੱਥੇ ਗੁਦਰਤੀ ਤੌਰ ਤੇ ਉਹ ਸਥਾਪਤੀ ਦੇ ਜਾਂ ਮੌਜੂਦਾ ਜਿਹੜੇ ਰੂਲਿੰਗ ਪਾਰਟੀ ਉਹਦੇ ਖਿਲਾਫ ਹੋ ਸਕਦੀ ਹੈ ਪਰ ਕੋਈ ਵੀ ਜਨਰਲ ਫਾਰਮੂਲਾ ਬਣਾਉਣਾ ਹੈ ਇਸ ਵੇਲੇ ਜਿਹੜਾ ਉਹ ਠੀਕ ਨਹੀਂ ਹੈਗਾ ਤੇ ਇਸ ਤੇ ਚਿੰਤਨ ਜ਼ਰੂਰ ਬਣਦਾ ਹੈ ਕਿ ਇਹ ਪੋਲ ਪਰਸੈਂਟੇਜ ਕਿਉਂ ਘਟਿਆ ਹੈ ਅ ਜਿਹੜੀ ਆਲ ਇੰਡੀਆ ਲੈਵਲ ਤੇ ਵੀ ਨੈਸ਼ਨਲ ਜਿਹੜੀ ਪੋਲ ਪਰਸੈਂਟੇਜ ਉਹ ਵੀ ਨਜ਼ਰ ਆ ਰਹੀ ਹੈ ਕਿ ਘਟਿਆ ਹੋ ਪਰ ਪੰਜਾਬ ਦੀ ਤਾਂ ਕਿਉਂਕਿ ਪੰਜਾਬ ਦੀ ਹਰ ਵਾਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਮਤਲਬ ਜਿਹੜੇ ਫਤਿਹਗੜ੍ਹ ਸਾਹਿਬ ਵਰਗੇ ਦਿਹਾਤੀ ਹਲਕੇ ਨੇ ਜਿੱਥੇ ਬਹੁਤ ਜ਼ਿਆਦਾ ਰੂਰਲ ਏਰੀਆ ਹੈ ਉੱਥੇ ਵੀ ਘਟਿਆ ਹੈ ਤੋ ਸਗੋਂ ਸਹਿਰਾਂਜ ਕੁਝ ਜ਼ਿਆਦਾ ਹੈ ਤੋ ਇਹ ਬੜੀ ਹੈਰਾਨੀ ਵਾਲੀ ਗੱਲ ਵੀ ਹੈ ਸੋ ਇਸ ਮੁੱਦੇ ਤੇ ਜਿਹੜੀ ਉਹ ਅੱਗੇ ਵੀ ਚਿੰਤਨ-ਮੰਥਨ ਕਰਦੇ ਰਾਵਾਂਗੇ ਪਰ ਇਹ ਨੋਟੇਬਲ ਟ੍ਰੈਂਡ ਹੈ ਕਿ ਪੋਲ ਪਰਸੈਂਟਜ ਹਾਂ ਦੂਸਰਾ ਪਹਿਲੂ ਕਿ ਪੰਜਾਬ ਦੇ ਵਿੱਚ ਬਾਈ ਐਨ ਲਾਰਜ ਜਿਹੜੀ ਚੋਣ ਹੈ ਉਹ ਪੁਰਮਨ ਹੋਈ ਹੈ ਇਸ ਵੇਲੇ ਜਦੋਂ ਆਪਾਂ ਇਹ ਕਮੈਂਟ ਕਰ ਰਹੇ ਹਾਂ ਤਾਂ ਲਗਭਗ ਜਿਹੜੀ ਪੋਲਿੰਗ ਦਾ ਸਮਾਪਤੀ ਤੇ ਹੈਗੀ ਸੋ ਬਾਅਦ ਜੋ ਕੋਈ ਘਟਨਾਵਾਂ ਹੁੰਦੀਆਂ ਨੇ ਅਲੱਗ-ਅਲੱਗ ਹੈ ਪਰ ਸਮੁੱਚੇ ਤੌਰ ਤੇ ਜਿਹੜੀ ਹੈ ਉਹ ਇੱਕ ਇੱਕਾ ਦੋਕਾ ਘਟਨਾਵਾਂ ਨੂੰ ਛੱਡ ਕੇ ਜਿਹੜੀਆਂ ਅਫਸੋਸਨਾਕ ਘਟਕ ਹੋਈਆਂ ਉਸ ਤਰ੍ਹਾਂ ਦੀ ਵੱਡੇ ਪੱਧਰ ਤੇ ਕੋਈ ਹਿੰਸਾ ਦੀ ਜਾਂ ਕੋਈ ਮਾਰ ਧਾੜ ਦੀ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਜਾਂ ਮੂਥਾਂ ਦੇ ਜਿਹੜੀ ਹੈ ਜਿਸ ਤਰ੍ਹਾਂ ਹੁੰਦੀ ਹੈ ਕੋਈ ਵਾਇਲੈਂਸ ਦੀ ਕਬਜ਼ਿਆਂ ਦੀ ਹੋਰ ਦੀ ਉਹ ਇਹੋ ਜਿਹੀਆਂ ਕੋਈ ਉਸ ਤਰ੍ਹਾਂ ਦੀ ਰਿਪੋਰਟਾਂ ਨਹੀਂ ਮਾਮੂਲੀ ਬਹੁਤ ਛੋਟੀਆਂ-ਬੋਟੀਆਂ ਘਟਾਵਾਂ ਹੋਈਆਂ ਨੇ ਇਹਨਾਂ ਦੇ ਇਸ ਕਰਕੇ ਪੰਜਾਬ ਦੇ ਲੋਕ ਪੰਜਾਬ ਦੀ ਪ੍ਰਸ਼ਾਸਨ ਚੋਣ ਜਿਹੜਾ ਵਿਭਾਗ ਚੋਣ ਦੇ ਇੰਚਾਰਜ ਨੇ ਉਹ ਇਸ ਗੱਲ ਲਈ ਵਧਾਈ ਦੇ ਪਾਤਰ ਨੇ ਕਿ ਇਹ ਚੋਣ ਪੂਰਾ ਮੰ ਟੰਗ ਨਾਲ ਹਾਲਾਂਕਿ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਦੇ ਵਿੱਚ ਬਥੇਰੇ ਥਾਂ ਤੇ ਤਣਾਅ ਵੀ ਸੀਗਾ ਪਰ ਇਹਦੇ ਬਾਵਜੂਦ ਦੇ ਪੀਸਫੁਲ ਪੂਰਾ ਮੰ ਚੋਣ ਹੋ ਜਾਣੀ ਪੀਸਫੁਲ ਹੋਣੀ ਇਹ ਸਾਰਿਆਂ ਲਈ ਹੀ ਸਾਡੇ ਰਾਹਤ ਵਾਲੀ ਗੱਲ ਜਾਂ ਸਾਡਿਆਂ ਲਈ ਇਹ ਅੱਛੀ ਗੱਲ ਹੈ ਸਾਡੇ ਚ ਪੰਜਾਬ ਦੇ ਲੋਕ ਜਿਹੜੇ ਇਹ ਜਿਹੜਾ ਇੱਕ ਮਿਸਾਲ ਕਾਇਮ ਕਰਨ ਵਾਲੀ ਗੱਲ ਹੈਗੀ ਇਸ ਪੱਖੋਂ ਪੰਜਾਬ ਦੇ ਲੋਕ ਵੀ ਪ੍ਰਸ਼ਾਸਨ ਵੀ ਤੇ ਸਾਰੇ ਜਿਹੜੇ ਪ੍ਰਬੰਧ ਕਰਦੇ ਨੇ ਜਿਹੜੇ ਚੋਣਾਂ ਚੋਣਾਂ ਦਾ ਉਹ ਵਧਾਈ ਦੇ ਪਾਤਰ ਨੇ